ਉਹਨਾਂ ਸਮਿਆਂ ਵਿੱਚ ਜਦੋਂ ਬਾਦਸ਼ਾਹ ਦਾ ਫਰਮਾਨ ਚੱਲਦਾ ਸੀ, ਬਾਦਸ਼ਾਹ ਦੇ ਫਰਮਾਨ ਦਾ ਇੰਨਾ ਸਤਿਕਾਰ ਕੀਤਾ ਜਾਂਦਾ ਸੀ ਕਿ ਜਿਹੜਾ ਬੰਦਾ ਬਾਦਸ਼ਾਹ ਦੀ ਚਿੱਠੀ ਲੈ ਕੇ ਜਾਵੇ ਉਹ ਪਲੰਘੇ ਦੇ ਉੱਪਰ ਬੈਠ ਜਾਂਦਾ ਹੈ ਅਤੇ ਉਹਦਾ ਪਲੰਘਾ ਪਿੰਡ ਦੇ ਨੰਬਰਦਾਰ ਚੁੱਕ ਕੇ ਲੈ ਕੇ ਜਾਂਦੇ। ਇੰਨਾ ਸਤਿਕਾਰ ਬਾਦਸ਼ਾਹ ਦੀ ਚਿੱਠੀ ਦਾ, ਬਾਦਸ਼ਾਹ ਦੇ ਫਰਮਾਨ ਦਾ, ਔਰ ਲੋਕਾਂ ਨੂੰ ਇਹ ਹੁਕਮ ਲਾਇਆ ਗਿਆ ਵੀ ਤੁਸੀਂ ਇਸ ਤਰ੍ਹਾਂ ਇਸ ਬੰਦੇ ਨੂੰ ਸਿਰ 'ਤੇ ਚੁੱਕ ਕੇ ਲੈ ਕੇ ਜਾਣਾ। ਦੁਨਿਆਵੀ ਬਾਦਸ਼ਾਹ ਦੇ ਫਰਮਾਨ ਦਾ ਇੰਨਾ ਸਤਿਕਾਰ ਹੈ, ਹੁਕਮ ਹੈ ਸਾਰੇ ਦੇਸ਼ ਦੇ ਉੱਪਰ, ਪਰ ਜਦੋਂ ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਨੂੰ ਹੁਕਮਨਾਮਾ ਸੁਣਾਉਂਦੇ ਨੇ, ਉਸ ਵੇਲੇ ਸਾਡੇ ਕੋਲ ਇੰਨਾ ਸਮਾਂ ਨਹੀਂ ਹੈ ਵੀ ਅਸੀਂ ਸੁਣ ਕੇ ਮਹਾਰਾਜ ਦਾ ਮੁੱਖ ਵਾਕ ਹੀ ਸਰਵਨ ਕਰ ਲਈਏ। ਸਾਨੂੰ ਕਾਹਲੀ ਹੁੰਦੀ ਹੈ ਵੀ ਇੱਕ ਤੋਂ ਅੱਗੇ ਜਾ ਕੇ ਅਸੀਂ ਪਹਿਲਾਂ ਮੱਥਾ ਟੇਕਣਾ ਹੈ। ਅਸੀਂ ਉਸ ਵੇਲੇ ਬੈਠਦੇ ਨਹੀਂ, ਬਲਕਿ ਮਰਿਆਦਾ ਇਹ ਹੈ ਕਿ ਜੇ ਮੁੱਖ ਵਾਕ ਹੋ ਰਿਹਾ ਜਿੱਥੇ ਵੀ ਹੈ ਉੱਥੇ ਹੀ ਬੈਠਦਾ ਪਹਿਲਾਂ ਸੁਣ, ਕਿਉਂਕਿ ਆਏ ਗੁਰੂ ਘਰ ਸੁਣਨ ਵਾਸਤੇ ਆ। ਜੇ ਆਪਣੀ ਕਹਿਣ ਵਾਸਤੇ ਆਏ ਤਾਂ ਫਿਰ ਗੁਰੂ ਘਰ ਆਉਣ ਦਾ ਕੀ ਲਾਭ? ਇੱਥੇ ਤਾਂ ਸੁਣਨ ਵਾਸਤੇ ਆਇਓ, ਸੁਣਨ ਪੜ੍ਹਨ ਕੋ ਬਾਣੀ। ਮਹਾਰਾਜ ਦਾ ਫਰਮਾਨ ਤੇ ਹੈ ਨਾ ਵੀ ਇੱਥੇ ਤੂੰ ਉਪਦੇਸ਼ ਸੁਣਨ ਵਾਸਤੇ, ਤਾਂ ਬੈਠ ਕੇ ਸੁਣ ਮਹਾਰਾਜ ਨੇ ਕੀ ਬਚਨ ਕਿਹਾ ਹੈ। ਫਿਰ ਮੱਥਾ ਟੇਕ ਅਤੇ ਸਤਿਗੁਰਾਂ ਦੇ ਕੋਲ ਬੈਠ। ਪਰ ਸਾਡੀ ਪਤਾ ਨਹੀਂ ਦੁਨੀਆਦਾਰੀ ਵਿੱਚ ਰੇਸ ਲੱਗੀ ਹੋਈ ਹੈ, ਮੈਂ ਉਸ ਤੋਂ ਅੱਗੇ ਜਾਣਾ ਹੈ, ਪਹਿਲਾਂ ਜਾਣਾ ਹੈ। ਜੋ ਗੁਰੂ ਪਾਤਸ਼ਾਹ ਕਹਿ ਰਹੇ ਨੇ ਉਹ ਨਹੀਂ ਸੁਣਿਆ ਹੈ, ਜਿਹੜੀ ਸੰਗਤ ਬੈਠੀ ਹੈ ਉਹਨਾਂ ਨੂੰ ਵੀ ਨਹੀਂ ਸੁਣਨ ਦਿੱਤਾ ਹੈ, ਉਹਨਾਂ ਦਾ ਧਿਆਨ ਵੀ ਭਟਕ ਗਿਆ, ਕਿਉਂਕਿ ਆਪਣਾ ਆਮ ਹੀ ਇਹ ਰੁਝਾਨ ਬਣਿਆ ਵੀ ਕੌਣ ਆਇਆ, ਕੌਣ ਚਲਾ ਗਿਆ, ਕਿਹਨੇ ਕਿਸ ਤਰ੍ਹਾਂ ਦਾ ਗਹਿਣਾ ਪਾਇਆ, ਕਿਸ ਤਰ੍ਹਾਂ ਦਾ ਵਸਤਰ ਪਾਇਆ। ਧਿਆਨ ਆਪਣੇ ਆਪ ਹੀ ਚਲੇ ਜਾਂਦਾ ਹੈ, ਬੈਠਿਆਂ ਦਾ ਵੀ ਧਿਆਨ ਭਟਕ ਜਾਂਦਾ ਹੈ। ਸੋ ਇਹ ਦੁਨਿਆਵੀ ਬਾਦਸ਼ਾਹ ਦਾ ਫਰਮਾਨ ਹੈ ਅਤੇ ਇੰਨਾ ਸਤਿਕਾਰ ਦਿੱਤਾ ਜਾਂਦਾ ਵੀ ਫਰਮਾਨ ਲੈ ਕੇ ਜਾਣ ਵਾਲਾ ਪਲੰਘ 'ਤੇ ਚੜ੍ਹ ਕੇ ਜਾਏਗਾ ਅਤੇ ਲੋਕ ਉਹਦਾ ਪਲੰਘਾ ਚੁੱਕਣਗੇ।